ਮੇਰੇ ਹਾਲਾਤ ਮੇਰੇ 'ਤੇ ਹੱਸਦੇ ਨੇ, ਮੇਰੇ ਹਾਲਾਤ ਮੇਰੇ 'ਤੇ ਹੱਸਦੇ ਨੇ, ਪਰ ਉਹ ਭੋਲੇ ਇਸ ਗੱਲ ਤੋਂ ਵਾਕਫ ਨਹੀਂ, ਪਰ ਉਹ ਭੋਲੇ ਇਸ ਗੱਲ ਤੋਂ ਵਾਕਫ ਨਹੀਂ ਕਿ ਮੈਂ ਜ਼ਿੰਦਗੀ 'ਚ ਲੜਨ ਦੀ ਸ਼ਕਤੀ ਰੱਖਦਾ ਹਾਂ। ਮੇਰੇ ਰਾਹ ਦਾ ਰੋੜਾ ਬਣਦੇ ਮੇਰੇ ਹੀ ਕਈ ਆਪਣੇ, ਮੇਰੇ ਰਾਹ ਦਾ ਰੋੜਾ ਬਣਦੇ ਮੇਰੇ ਹੀ ਕਈ ਆਪਣੇ, ਕਿ ਰੁਕ ਜਾਵਾਂਗਾ ਝੁੱਕ ਜਾਵਾਂਗਾ ਮੁੱਕ ਜਾਵਾਂਗਾ, ਕਿ ਰੁਕ ਜਾਵਾਂਗਾ ਝੁੱਕ ਜਾਵਾਂਗਾ ਮੁੱਕ ਜਾਵਾਂਗਾ, ਪਰ ਰੋੜੇ ਤਾਂ ਕੀ, ਪਰ ਰੋੜੇ ਤਾਂ ਕੀ, ਮੈਂ ਪਹਾੜਾਂ ਨਾਲ ਵੀ ਕਹਿ ਕੇ, ਝੱਖੜਾਂ ਤੂਫਾਨਾਂ ਵਿੱਚ ਵਹਿ ਕੇ, ਰਾਹਾਂ ਵਿੱਚ ਕੰਡਿਆਂ ਨੂੰ ਸਹਿ ਕੇ, ਕਰ ਜਾਵਾਂਗਾ ਸਰ ਆਪਣੀ ਮੰਜ਼ਿਲ। ਮੇਰਾ ਨਾਮ ਕਮਲਦੀਪ ਜਲੂਰ ਅਤੇ ਮੇਰਾ ਪਿੰਡ ਜਲੂਰ, ਜ਼ਿਲ੍ਹਾ ਸੰਗਰੂਰ ਦੇ ਵਿੱਚ, ਤਹਿਸੀਲ ਲਹਿਰਾ ਗਾਗਾ। ਮੇਰੇ ਪਿੰਡ ਦੇ ਜਿਹੜੀ ਖਾਸੀਅਤ ਇਹ ਹੈ ਕਿ ਸਾਡਾ ਪਿੰਡ ਸੰਘਰਸ਼ੀ ਦੌਰ ਦੇ ਵਿੱਚੋਂ ਗੁਜ਼ਰਿਆ ਅਤੇ ਸੰਘਰਸ਼ਾਂ ਦੇ ਵਿੱਚ ਰਹਿਣ ਵਾਲਾ ਪਿੰਡ ਹੈ। ਮੇਰੇ ਪਰਿਵਾਰ ਦੇ ਵਿੱਚੋਂ ਮੇਰੇ ਫਾਦਰ ਸਾਹਿਬ ਅਤੇ ਮੇਰੇ ਚਾਚਾ ਜੀ ਕਮਿਊਨਿਸਟ ਲਹਿਰ ਦੇ ਵਿੱਚ ਕੰਮ ਕਰਦੇ ਆ ਰਹੇ ਆ, ਉਸ ਜਵਾਨੀ ਪਹਿਰੇ ਦੇ ਵਿੱਚੋਂ ਲੈ ਕੇ, ਜਦੋਂ ਸਟੂਡੈਂਟ ਲਹਿਰ ਦੇ ਵਿੱਚੋਂ ਚੱਲ ਕੇ ਨੌਜਵਾਨ ਭਾਰਤ ਸਭਾ ਦੇ ਵਿੱਚ ਕੰਮ ਕਰਦੇ ਆ ਰਹੇ ਨੇ। ਉਸੇ ਪਰਿਵਾਰ ਦੇ ਵਿੱਚੋਂ ਇਹ ਮੇਰਾ ਸੁਭਾਵਿਕ ਸੀ ਕਿ ਸਾਹਿਤ ਪੜ੍ਹਨ ਵਾਲੇ ਸੀਗੇ ਪਰਿਵਾਰ ਮੇਰੇ ਫਾਦਰ ਸਾਹਿਬ ਹੋਰੀ, ਅਤੇ ਇਨਕਲਾਬੀ ਸਾਹਿਤ ਪੜ੍ਹਨ ਵਾਲੇ, ਸੋ ਇਸ ਕਰਕੇ ਸੁਭਾਵਿਕ ਹੀ ਹੈ ਕਿ ਯਕੀਨ ਸੀ ਕਿ ਵਿੱਚੋਂ ਮੇਰੇ ਵੀ ਸਾਹਿਤ ਦੀਆਂ ਰੁਚੀਆਂ ਪੈਦਾ ਹੋਣੀਆਂ ਅਤੇ ਪੜ੍ਹਨ ਦੀਆਂ ਅਤੇ ਲਿਖਣ ਦੀਆਂ ਰੁਚੀਆਂ, ਸੋ ਇਸ ਤਰ੍ਹਾਂ ਫਿਰ ਮੈਂ ਹੌਲੀ ਹੌਲੀ ਲਿਖਣ ਲੱਗਿਆ। ਪੂਰੇ ਟੱਬਰ ਦਾ ਪੈਰ ਥੱਲੇ ਨਹੀਂ ਸੀ ਲੱਗਦਾ, ਪੂਰੇ ਟੱਬਰ ਦਾ ਪੈਰ ਥੱਲੇ ਨਹੀਂ ਸੀ ਲੱਗਦਾ, ਚਾਰ ਭੈਣਾਂ ਬਾਅਦ ਮੈਂ ਜੰਮਿਆ ਤਾਂ ਲੋਹੜੀਆਂ ਵੰਡੀਆਂ, ਚਾਰ ਭੈਣਾਂ ਬਾਅਦ ਮੈਂ ਜੰਮਿਆ ਤਾਂ ਲੋਹੜੀਆਂ ਵੰਡੀਆਂ, ਮੇਰਾ ਨਾਂ ਬੂਟਾ ਸਿੰਘ ਰੱਖਿਆ, ਮੈਨੂੰ ਸਕੂਲੇ ਪਾਇਆ। ਸੱਚ ਦੱਸਾਂ, ਸੱਚ ਦੱਸਾਂ, ਪੜ੍ਹਾਈ ਅਤੇ ਸਕੂਲੀ ਦੌੜਾਂ ਵਿੱਚੋਂ ਹਰ ਸਾਲ ਅਵਲ ਆਉਂਦਾ ਮੈਂ, ਮੇਰੇ ਮਿੱਤਰ ਅਤੇ ਪਿੰਡ ਦੇ ਲੋਕ ਮਿਲਖਾ ਮਿਲਖਾ ਆਖ ਬੁਲਾਉਂਦੇ, ਮੈਂ ਭੈਣਾਂ ਅਤੇ ਮਾਂ ਨਾਲ ਝੋਨਾ ਲਾਉਣ ਗਿਆ, ਮੈਂ ਭੈਣਾਂ ਅਤੇ ਮਾਂ ਨਾਲ ਝੋਨਾ ਲਾਉਣ ਗਿਆ, ਮਾਂ ਕਹਿੰਦੀ ਲੈ ਹੁਣ ਮੇਰਾ ਡੀਸੀ ਪੁੱਤ ਵੀ ਝੋਨਾ ਲਾਊ। ਜ਼ਿੰਦਗੀ ਇੱਕ ਸੰਘਰਸ਼ ਹੈ, ਉਹ ਸੰਤ ਰਾਮਦਾਸ ਜੀ ਕਹਿੰਦੇ ਹੁੰਦੇ ਆ ਕਿ ਵੀ ਜਿੱਥੇ ਕਰਜ਼ੇ ਹੇਠ ਪੰਜੀਰੀ ਹੈ, ਜਿੱਥੇ ਬੰਦਾ ਜੰਮਦਾ ਸੀਰੀ ਹੈ, ਟਕਿਆਂ ਦੀ ਮੀਰੀ ਪੀਰੀ ਹੈ, ਹੈ ਨਾ। ਅਤੇ ਉਸ ਤਰ੍ਹਾਂ ਇੱਕ ਮਜ਼ਦੂਰ ਪਰਿਵਾਰ ਦੀ ਵੀ ਜ਼ਿੰਦਗੀ ਕਿਹੋ ਜਿਹੀ ਹੋ ਸਕਦੀ ਆ, ਜੰਮਣ ਤੋਂ ਹੀ ਪੇਟ ਦੇ ਵਿੱਚ ਹੋਣ 'ਤੇ ਹੀ ਉਦੋਂ ਤੋਂ ਹੀ ਉਹਦਾ ਚੱਲਦਾ ਹੁੰਦਾ, ਉਹਦੀ ਪਾਲਣ ਪੋਸ਼ਣ, ਉਹਦਾ ਚੀਜ਼ਾਂ ਉਹਦੀਆਂ ਸਾਰੀਆਂ, ਹੈ ਨਾ, ਵੀ ਕਿਸ ਤਰ੍ਹਾਂ ਦਾ ਉਹ ਚੀਜ਼ਾਂ ਨੂੰ ਦੇਖ ਰਿਹਾ ਬੰਦਾ, ਹੈ ਨਾ, ਚੀਜ਼ਾਂ ਨੂੰ ਸਮਝ ਰਿਹਾ ਹੈਗਾ। ਸੋ ਇਸ ਕਰਕੇ ਮੈਂ ਛੇਵੀਂ ਕਲਾਸ ਦੇ ਵਿੱਚ ਪਹਿਲਾਂ ਦਿਹਾੜੀ 'ਤੇ ਜਾਣ ਲੱਗ ਪਿਆ ਸੀਗਾ, ਹੈ ਨਾ, ਕਿਉਂਕਿ ਮਜ਼ਦੂਰ ਪਰਿਵਾਰ ਦੇ ਵਿੱਚੋਂ ਸੀਗੇ, ਉਦੋਂ ਜਾਇਆ ਕਰਦੇ ਉਹ 35 ਰੁਪਏ ਦਿੰਦੇ ਹੁੰਦੇ ਸੀ ਮੈਨੂੰ, ਬਲਕਿ ਥੋੜ੍ਹਾ ਜਿਹਾ ਇੱਟਾਂ ਉੱਟਾਂ ਬਣਾਉਣੀਆਂ ਜਾਂ ਹੋਰ ਉਹ ਕਰਨਾ, ਹੈ ਨਾ, ਬੱਲੀਆਂ ਚੁਗਣ ਦਾ, ਅਤੇ ਦੂਜਾ ਇਹ ਜੀਰੀ ਲਾਉਣ ਦਾ, ਝੋਨਾ ਲਾਉਣ ਦਾ, ਹੈ ਨਾ, ਕਣਕ ਵੱਢਣ ਦਾ, ਤੂੜੀ ਦੇ ਮਸ਼ੀਨਾਂ 'ਤੇ ਜਾਣਾ ਛੁੱਟੀਆਂ ਦੇ ਵਿੱਚ ਜਦੋਂ ਆਹ ਹੋਣਾ, ਹੈ ਨਾ, ਅਤੇ ਸੜਕਾਂ 'ਤੇ, ਸੜਕ ਸਾਡੇ ਸੜਕ ਬਣੀ ਸੀ ਉਹਦੇ ਵੀ ਸੜਕਾਂ ਦੇ ਕੰਮ ਮਿਸਤਰੀਆਂ ਦੇ ਨਾਲ, ਹੈ ਨਾ, ਅਤੇ ਘਰਾਂ ਨੂੰ ਬਣਾਉਣ ਦਾ, ਮਤਲਬ ਕਿ ਇਸ ਤਰ੍ਹਾਂ ਚੱਲਦਾ ਰਿਹਾ। ਅਤੇ ਕਦੇ ਮਤਲਬ ਕਿ ਸਕੂਲ ਦੇ ਵਿੱਚੋਂ 50 ਰੁਪਈਏ ਫੀਸ ਨਾ ਹੋਣ 'ਤੇ ਵੀ ਭੇਜ ਦੇਣਾ ਸਾਨੂੰ, ਹੈ ਨਾ, ਘਰਾਂ ਦੇ ਵਿੱਚ ਵੀ ਉੱਥੇ ਉੱਪਰ ਪੁੱਛਣਾ ਕਰੋ, ਕਿਉਂਕਿ ਘਰ ਦੇ ਹਾਲਾਤ ਉਸ ਤਰ੍ਹਾਂ ਮਾੜੇ ਨੇ, ਹੈ ਨਾ। ਸੋ ਫਿਰ ਇਸ ਕਰਕੇ ਹੌਲੀ ਬਹੁਤ ਜ਼ਿੰਦਗੀ ਚੱਲਦੀ ਗਈ, ਕਿਉਂਕਿ ਜ਼ਿੰਦਗੀ ਨੂੰ ਜਿਉਣਾ, ਜ਼ਿੰਦਗੀ ਦੇ ਨਾਲ ਲੜਨਾ, ਸੰਘਰਸ਼ ਕਰਨਾ ਕਿਤਾਬਾਂ ਹੀ ਸਿਖਾਉਂਦੀਆਂ ਨੇ। ਅਤੇ ਮੈਂ ਸਭ ਤੋਂ ਵੱਧ ਜੇ ਮੈਂ ਮੰਨਦਾ ਹੋਵਾਂ ਸਾਰੀ ਚੀਜ਼, ਕਿਉਂਕਿ ਮੇਰੇ ਫਾਦਰ ਸਾਹਿਬ ਨੇ, ਗੁਰੂ ਨੇ ਮੇਰੇ, ਮਤਲਬ ਉਹਨਾਂ ਤੋਂ ਚੀਜ਼ਾਂ ਨੂੰ ਸਿੱਖਣ ਨੂੰ ਮਿਲਦੀਆਂ ਨੇ ਵੀ ਆ ਜ਼ਿੰਦਗੀ 'ਚ ਕਦੇ ਹਾਰਨੀ, ਹੈ ਨਾ, ਲੜਨਾ ਹਮੇਸ਼ਾ, ਅਤੇ ਇਹ ਕਿਤਾਬਾਂ ਇਹ ਲਿਖਣਾ, ਕਿਉਂਕਿ ਮੈਨੂੰ ਇਹ ਹੁੰਦਾ ਵੀ ਆਪਾਂ ਹੋਰ ਨਿਰਾਸ਼ਤਾ ਜਾਂ ਕਿਸੇ ਹੋਰ ਪਾਸੇ ਜਾਣ ਨਾਲੋਂ ਜਿੰਨੀ ਐਨਰਜੀ ਹੈ, ਜਿੰਨਾ ਉਹ ਦੁੱਖ ਆ, ਜਿੰਨਾ ਚੀਜ਼ਾਂ ਆਪਾਂ ਸਹਿ ਰਹੇ ਹਾਂ, ਉਹਨਾਂ ਨੂੰ ਕਿਸੇ ਮਤਲਬ ਕਿ ਕਵਿਤਾ ਦੇ ਰਾਹੀਂ ਜਾਂ ਗੀਤ ਦੇ ਰਾਹੀਂ, ਸਾਹਿਤ ਦੇ ਰਾਹੀਂ ਉਸ ਤਰ੍ਹਾਂ ਆਪਾਂ ਇਹਨੂੰ ਕੱਢ ਕੇ ਦਿਲ ਦੇ ਵਿੱਚੋਂ ਉਸ ਤਰ੍ਹਾਂ ਸਾਰੇ ਬਲਬਲਿਆਂ ਨੂੰ ਇੱਕ ਕਾਗਜ਼ ਉੱਤੇ ਉਤਾਰੀਏ ਅਤੇ ਉਹ ਲੋਕਾਂ ਦੇ ਵਿੱਚ ਲੈ ਕੇ ਜਾਈਏ। ਜਦ ਮੈਂ ਕਾਲਜ ਪੜ੍ਹਨ ਲੱਗਿਆ ਮੇਰੇ ਪਿੰਡ ਦੇ ਲੋਕ ਮੈਨੂੰ ਪਾੜਾ ਪਾੜਾ ਆਖ ਬੁਲਾਉਂਦੇ, ਬੈਂਕਾਂ ਦੀਆਂ ਆਈਆਂ ਚਿੱਠੀਆਂ ਪੜ੍ਹਾਉਂਦੇ,
ਜਦ ਮੈਂ ਕਾਲਜ ਪੜ੍ਹਨ ਲੱਗਿਆ ਤਾਂ ਮੇਰੇ ਪਿੰਡ ਦੇ ਲੋਕ ਮੈਨੂੰ ਪਾੜਾ ਪਾੜਾ ਅੱਖ ਬੁਲਾਉਂਦੇ, ਬੈਂਕਾਂ ਦੀਆਂ ਆਈਆਂ ਚਿੱਠੀਆਂ ਪੜ੍ਹਾਉਂਦੇ। ਮੈਨੂੰ ਯਾਦ ਹੈ ਇੱਕ ਵਾਰ ਵਿਦਰੋਹਮਈ ਕਵਿਤਾ ਲਿਖ ਕੇ ਸਾਲਾਨਾ ਇਨਾਮ ਸਮਾਰੋਹ 'ਤੇ ਬੋਲੀ। ਵਾਹ ਵਾਹ ਅਤੇ ਤਾੜੀਆਂ ਦੀ ਆਵਾਜ਼ ਬਹੁਤ ਦੇਰ ਤੱਕ ਮੇਰੇ ਕੰਨਾਂ ਵਿੱਚ ਗੂੰਜਦੀ ਰਹੀ। ਪ੍ਰੋਫੈਸਰ, ਵਿਦਿਆਰਥੀ, ਅਧਿਆਪਕ ਮੈਨੂੰ ਪਾਸ਼ ਪਾਸ਼ ਆਖ ਬੁਲਾਉਣ ਲੱਗੇ। ਮੈਂ 10ਵੀਂ ਤੱਕ ਮੇਰੇ ਪਿੰਡ ਦੇ ਵਿੱਚ ਸਕੂਲ ਦੇ ਵਿੱਚ, ਸਰਕਾਰੀ ਸਕੂਲ ਦੇ ਵਿੱਚ, ਸਰਕਾਰੀ ਪ੍ਰਾਇਮਰੀ ਦੇ ਵਿੱਚ 5ਵੀਂ ਤੱਕ ਅਤੇ 10ਵੀਂ ਤੱਕ ਹਾਈ ਸਕੂਲ ਜਿਹੜਾ ਸਾਡੇ ਪਿੰਡ ਦੇ ਵਿੱਚ ਉਹਦੇ ਵਿੱਚ ਕੀਤੀ, ਅਤੇ ਪਲੱਸ 2 ਅਤੇ ਪਲੱਸ 1 ਸੀਨੀਅਰ ਸੈਕੰਡਰੀ ਸਕੂਲ ਲੜਕੇ ਲਹਿਰੇਗਾ ਅੱਗੇ ਤੋਂ ਕੀਤੀ। ਇਸ ਕਰਕੇ ਜਿਹੜੀ ਮੇਰੀ ਬੀ ਏ ਆ ਉਹ ਬੀ ਏ ਦਾ ਸਾਰੀ ਬੀ ਏ ਮੇਰੀ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਦੇ ਵਿੱਚ ਹੋਈ, ਅਤੇ ਹੁਣ ਇੱਥੇ ਮੇਰੀ ਪੰਜਾਬੀ ਐੱਮ ਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਹੋਈ ਹੈ। ਹੁਣ ਮੈਂ ਇੱਕ ਡਿਪਲੋਮਾ ਕਰ ਰਿਹਾ ਹਾਂ ਕ੍ਰੀਏਟਿਵ ਰਾਈਟਿੰਗ ਦਾ। ਇਸ ਕਰਕੇ ਮੇਰੀ ਇਹ ਸਿੱਖਿਆ ਦਾ ਚੱਲਦਾ ਗਿਆ, ਕਿਉਂਕਿ ਇੱਕ ਸਿੱਖਿਆ ਅਦਾਰੇ ਦੇ ਵਿੱਚ ਵਿਚਰਦੇ ਹੋਏ ਆਪਣੀ ਪੜ੍ਹਾਈ ਦੇ ਦੌਰਾਨ ਵੀ ਸਕੂਲ ਅਤੇ ਕਾਲਜ ਦੇ ਮੈਗਜ਼ੀਨਾਂ ਦੇ ਵਿੱਚ ਮੇਰੀ ਕਵਿਤਾਵਾਂ ਛਪਦੀਆਂ ਰਹੀਆਂ। ਅਤੇ ਉਸ ਤਰ੍ਹਾਂ ਮੈਂ ਇੱਕ ਨਾਲ ਕਾਲਜ ਦੇ ਵਿੱਚ ਜਦੋਂ ਮੈਂ ਗਿਆ ਗਾ ਤਾਂ ਉੱਥੇ ਥੀਏਟਰ ਵੀ ਜੁਆਇਨ ਕੀਤਾ, ਅਤੇ ਉਦੋਂ ਨਾਲ ਥੀਏਟਰ ਦੇ ਇੱਕ ਫੈਸਟੀਵਲਾਂ ਦੇ ਵਿੱਚ ਨਾਟਕ ਕਰਦੇ ਵਿੱਚ ਰਿਹਾ ਮੇਰਾ ਉੱਥੋਂ ਦਾ ਕਾਲਜ ਸਫ਼ਰ। ਮੈਂ ਮਤਲਬ ਕਿ ਸਕੂਲ ਦੇ ਵਿੱਚ ਪੜ੍ਹਦਾ ਸੀਗਾ 8ਵੀਂ 9ਵੀਂ ਦੇ ਵਿੱਚ। ਇਹ ਹੋਇਆ ਕਿ ਉੱਥੇ ਜਦੋਂ ਮੈਂ ਭਾਸ਼ਣ ਮੁਕਾਬਲਾ ਦੱਸਿਆ ਸੀ ਉਹਨਾਂ ਨੇ, ਹੈ ਨਾ, ਵੀ ਇਸ 'ਤੇ ਕਰਨਾ, ਇਸ ਟੋਪਿਕ 'ਤੇ ਭਾਸ਼ਣ ਲਿਖ ਕੇ ਆਉਣਾ। ਮੈਂ ਭਾਸ਼ਣ ਲਿਖਿਆ ਅਤੇ ਭਾਸ਼ਣ ਬੋਲਿਆ, ਅਤੇ ਭਾਸ਼ਣ ਦੇ ਵਿੱਚੋਂ ਜਦੋਂ ਮੈਨੂੰ ਫਸਟ ਆਇਆ ਤਾਂ ਉੱਥੋਂ ਮੈਨੂੰ ਇਨਾਮ ਮਿਲਿਆ। ਤਾਂ ਹੌਲੀ ਹੌਲੀ ਉਹ ਕਾਪੀ ਮੈਂ ਇੱਕ ਤਰ੍ਹਾਂ ਸਾਂਭ ਕੇ ਰੱਖ ਲਈ, ਅਤੇ ਇੱਕ ਵਾਰੀ ਪਹਿਲੀ ਵਾਰੀ ਮੈਂ ਗੀਤ ਸੀਗਾ ਕਿ ਖੁਦਕੁਸ਼ੀ ਨਾ ਕਰੇ ਤਾਂ ਹੋਰ ਕਰੇ ਕੀ ਕਿਸਾਨ, ਪਹਿਲਾ ਗੀਤ ਸੀਗਾ ਉਹ ਗੀਤ, ਮਤਲਬ ਕਿ ਉਹ ਜਿਹੋ ਜਿਹੀ ਮੈਨੂੰ ਸਮਝ ਸੀਗੀ ਜਿਵੇਂ ਦਾ ਲਿਖ ਸਕਦਾ ਸੀ ਮੈਂ, ਜਿਹੋ ਜਿਹੇ ਆਪਦੇ ਭਾਵ ਹੈ ਨਾ ਉਜਾਗਰ ਕਰ ਸਕਦਾ ਸੀ, ਮੈਂ ਉਵੇਂ ਲਿਖਿਆ ਉਸ ਬਿਰਤੀ ਉਸ ਦੇ ਹਿਸਾਬ ਦੇ ਨਾਲ। ਅਤੇ ਫਿਰ ਹੌਲੀ ਹੌਲੀ ਫਿਰ ਮੈਂ ਕਵਿਤਾਵਾਂ ਨੂੰ ਲਿਖਦਾ ਗਿਆ। ਮੇਰੀ ਪਹਿਲੀ ਕਿਤਾਬ 2015 ਦੇ ਵਿੱਚ ਚੇਤਨਾ ਪ੍ਰਕਾਸ਼ਨ ਤੋਂ ਛਪੀ ਸੀਗੀ, ਯੁੱਧ ਭੂਮੀ। ਉਹ ਜਦੋਂ ਕਾਫ਼ੀ ਮੇਰੇ ਕੋਲ ਕਵਿਤਾਵਾਂ ਹੋ ਗਈਆਂ ਅਤੇ ਉਸ ਤਰ੍ਹਾਂ ਇੱਕ ਸਾਨੂੰ ਸਿਲੈਕਟ ਕਰਨਾ ਵੀ ਇਹ ਹੋ ਗਿਆ ਕਿ ਜਿਹੜੀਆਂ ਅਖਬਾਰਾਂ ਦੇ ਵਿੱਚ ਛਪੀਆਂ ਨੇ, ਅਤੇ ਮੇਰੀ ਕਵਿਤਾ ਉਹ ਕਿਰਤੀ ਵਰਗ ਦੀ ਕਵਿਤਾ ਗਈ ਜਿਹੜੇ ਨਪੀੜੇ ਜਾ ਰਹੇ ਨੇ, ਜਿਹੜੇ ਸਿਸਟਮ ਦੇ ਕੋਲੋਂ ਇੱਕ ਜਾਤ ਅਤੇ ਜਮਾਤ ਦੇ ਮਸਲੇ ਦੇ ਉੱਤੇ, ਅਤੇ ਜਿਹੜੀ ਸਾਡੀ ਦਰਜੇ ਬਦਰਜੀ ਆ, ਜਿਹੜੀ ਜਿਹੜੀ ਬਰਾਬਰੀ 'ਚ ਨਾ ਬਰਾਬਰੀ ਦਾ ਮਸਲਾ ਜਿਹੜਾ ਉਹ ਉਸ ਅਨਿਆਏ ਦੇ ਖਿਲਾਫ਼ ਉਸ ਇੱਕ ਸੰਘਰਸ਼ ਦੇ ਲਈ ਉਹ ਮੇਰੀ ਕਵਿਤਾ ਉਹਦੇ ਵਿੱਚ, ਹੈ ਨਾ, ਕਿਰਤੀ ਲੋਕਾਂ ਦੇ ਵਾਸਤੇ, ਕਿਉਂਕਿ ਯੁੱਧ ਭੂਮੀ ਦੇ ਯੁੱਧ ਫਿਰ ਅਤੇ ਮੁਕਤੀ ਦੇ ਲਈ ਯੁੱਧ ਵਾਲੀ ਕਵਿਤਾ ਗਈ ਉਹਦੇ ਵਿੱਚ। 2019 ਦੀ ਕਿਤਾਬ ਆ ਜਿਹੜੀ ਕਵਿਤਾ ਸਿਰਫ ਕਵਿਤਾ ਨਹੀਂ, ਉਹ ਸਾਰੀ ਦੀ ਸਾਰੀ ਇੱਕ ਸਾਡੇ ਪਿੰਡ ਦੇ ਵਿੱਚ 2016 ਦੇ ਵਿੱਚ ਜ਼ਮੀਨ ਨੂੰ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਨੂੰ ਲੈ ਕੇ ਇੱਕ ਸੰਘਰਸ਼ ਹੋਇਆ, ਜਿਹੜੀ ਮਜ਼ਦੂਰਾਂ ਨੂੰ, ਹੈ ਨਾ, ਜਿਹਨੂੰ ਦਲਿਤ ਕਿਹਾ ਜਾਂਦਾ, ਉਹਨਾਂ ਦੇ ਹਿੱਸੇ ਦੀ ਜ਼ਮੀਨ ਹੈ ਜਿਹੜੀ ਉਹਨਾਂ ਨੇ ਸੰਘਰਸ਼ ਕਰਨਾ ਸੀ ਕਰਦੇ ਹੈਗੇ। ਤਾਂ ਉਹਦੇ ਵਿੱਚ ਕਾਫ਼ੀ ਵੱਡਾ ਇੱਕ ਜ਼ਲੂਰ ਕਾਂਡ ਵਾਪਰਿਆ। ਉਹਦੇ ਵਿੱਚ ਸ਼ਹੀਦ ਮਾਤਾ ਗੁਰਦੇਵ ਕੌਰ ਜਿਹੜੀ ਮੇਰੀ ਦਾਦੀ ਜੀ ਸੀ ਉਹਦੀ ਲੱਤ ਵੱਢ ਦਿੱਤੀ ਗਈ, ਅਤੇ ਕਾਫ਼ੀ ਪਰਚੇ ਪਏ, ਹੈ ਨਾ, ਅਤੇ ਹੋਰ ਪਰਿਵਾਰ 'ਤੇ ਅਤੇ ਲੋਕਾਂ ਦੇ ਉੱਤੇ ਹਮਲਾ ਕਰਿਆ ਗਿਆ, ਘਰਾਂ ਦੇ ਉੱਤੇ ਹਮਲਾ ਕੀਤਾ ਗਿਆ। ਉਸ ਤਰ੍ਹਾਂ ਉਹ ਸਾਰੇ ਉਸ ਦਰਦ ਦੀ ਵੇਦਨਾ ਅਸਲ ਦੇ ਵਿੱਚ ਜਿਹੜਾ ਸਾਹਿਤ ਆ ਉਹਨੇ ਸਮਾਜ ਦੇ ਮਤਲਬ ਕਿ ਜਿਹੜੇ ਪੇਸ਼ ਮੁਸ਼ਕਲਾਂ ਨੇ, ਹੈ ਨਾ, ਜਿਹੜੀਆਂ ਸਮੱਸਿਆਵਾਂ ਨੇ, ਜਿਹੜੇ ਮਸਲੇ ਨੇ, ਉਹਨਾਂ ਨੂੰ ਦੱਸਣਾ ਹੁੰਦਾ, ਉਹਨਾਂ ਨੂੰ ਉਹਨੇ ਤਰਜਮਾਨੀ ਕਰਨੀ ਆ ਅਤੇ ਹੱਲ ਦੀਆਂ ਸੰਭਾਵਨਾਵਾਂ ਪੈਦਾ ਕਰਨੀਆਂ ਨੇ ਸਾਹਿਤ ਨੇ। ਉਹਦੇ ਵਿੱਚੋਂ ਇਹ ਆ ਵੀ ਜਦੋਂ ਸਮੇਂ ਸਾਡਾ ਆਲਾ ਦੁਆਲਾ, ਸਾਡਾ ਸਮਾਂ ਸਥਿਤੀ, ਹੈ ਨਾ, ਕਿਹੋ ਜਿਹੀ ਚੱਲ ਰਹੀ ਹੈ, ਸਾਡੇ ਹਾਲਾਤ ਕਿਹੋ ਜਿਹੇ ਨੇ, ਆਲਾ ਦੁਆਲਾ ਕਿਹੋ ਜਿਹਾਗਾ, ਅਤੇ ਕਿਸ ਤਰ੍ਹਾਂ ਦੀ ਪਰਿਸਥਿਤੀਆਂ ਦੇ ਵਿੱਚੋਂ ਅਸੀਂ ਗੁਜ਼ਰ ਰਹੇ ਹਾਂ, ਸਾਹਿਤ ਨੇ ਉਹ ਜਿਹਾ ਹੀ ਨਿਕਲ ਕੇ ਆਉਣਾ ਹੁੰਦਾ। ਜਿਵੇਂ ਇਸ ਦਾ ਸਿੱਟਾ ਅਸੀਂ ਦੇਖ ਸਕਦੇ ਹਾਂ ਕਿ ਕਿਸਾਨੀ ਘੋਲ ਨੇ ਇੱਕ ਸਾਹਿਤ ਦੀ, ਇੱਕ ਪੁਰ ਗੀਤਾਂ ਦੀ, ਇੱਕ ਜਿਹੜੇ ਗੀਤ ਸਾਡੇ ਗੀਤਾਂ ਦੇ ਮੁਹਾਵਰੇ ਬਦਲ ਦਿੱਤੇ, ਉਹਨਾਂ ਦੇ ਬਿੰਬ ਬਦਲ ਤੇ, ਉਹਨਾਂ ਦਾ ਇੱਕ ਨਵਾਂ ਵਿਸ਼ਾ, ਇੱਕ ਕਿਸਾਨੀ 'ਤੇ ਗੀਤ ਬਣਨੇ ਸ਼ੁਰੂ ਹੋਏ। ਜਿਹੜੇ ਗੀਤ ਕਦੇ ਚੰਡੀਗੜ੍ਹ 'ਤੇ, ਹੈ ਨਾ, ਚੰਡੀਗੜ੍ਹ ਤੋਂ ਬਿਨਾਂ ਜਾਂ ਸ਼ਰਾਬ ਤੋਂ ਬਿਨਾਂ ਜਾਂ ਕੁੜੀ ਦੇ ਲੱਕ ਤੋਂ ਬਿਨਾਂ ਜਾਂ ਰਫਲਾਂ ਤੋਂ ਬਿਨਾਂ ਜਾਂ ਬੁਲਟ ਤੋਂ ਬਿਨਾਂ ਜਾਂ ਲੰਡੀ ਜੀਪ ਤੋਂ ਬਿਨਾਂ ਜਾਂ ਪਾਰਟੀਆਂ ਤੋਂ ਬਿਨਾਂ ਗੀਤ ਨਹੀਂ ਸੀ ਬਣਦੇ, ਉਹ ਹੁਣ ਦਿੱਲੀ ਟਾਈਟਲ 'ਤੇ ਬਣਨੇ ਸ਼ੁਰੂ ਹੋ ਗਏ। ਇਸ ਤਰ੍ਹਾਂ ਹੀ ਜਿਵੇਂ ਸੰਘਰਸ਼ ਹੀ ਜਿਹੜੀਆਂ ਚੀਜ਼ਾਂ ਨੂੰ ਬਦਲਦਾ ਗਾ, ਸਾਹਿਤ ਨੂੰ ਵੀ ਬਦਲਦਾ, ਪ੍ਰਭਾਵਿਤ ਕਰਦਾ। ਦੋਸਤੋ, ਕਲਮ ਮੇਰੀ ਬਾਗੀ ਹੈ ਬਗਾਵਤ ਕਰਦੀ, ਦੋਸਤੋ ਕਲਮ ਮੇਰੀ ਬਾਗੀ ਹੈ ਬਗਾਵਤ ਕਰਦੀ, ਯਾਵਰ ਚਾਹੁਣ ਕਲਮ ਮੇਰੀ ਨੂੰ ਹੱਥੋਂ ਮੇਰੇ ਖੋਣਾ,
पर उन्हां दे मन दा भरम है सब, पर उन्हां दे मन दा भरम है सब कि मैं कविता सिर्फ कलम नाल लिखदा, कि मैं कविता सिर्फ कलम नाल लिखदा। पर सच तो यह है, पर सच तो यह है कि मैं कविता हल दे फाले नाल भी लिख सकता हाँ। दातियां हथौड़े कई खुरपे भी तो कविता लिखण दा संद ने, पर सच तो यह है कि मैं कविता हल दे फाले नाल भी लिख सकता हाँ। दातियां हथौड़े कई खुरपे भी तो कविता लिखण दा संद ने। मौत दे चेहरे तो चुक देना नकाब जिंदगी है, मौत दे चेहरे तो चुक देना नकाब जिंदगी है। सिर्फ वक्त नूं पिंडे ते हंडाउणा ही जिंदगी नहीं हुंदी, सिर्फ वक्त नूं पिंडे ते हंडाउणा ही जिंदगी।